ਔਰ ਸਰਦਾਰ ਸੁੱਚਾ ਸਿੰਘ ਜੀ ਹੋਣਾ ਨੇ ਜਿਹੜੀ ਅੱਜ ਸ਼ਹੀਦੀ ਦਿੱਤੀ ਆ, ਇਹ ਕੋਈ ਇਸ ਕਰਕੇ ਨਹੀਂ ਦਿੱਤੀ ਕਿ ਉਹ ਬੁਝਦਿਲ ਸੀ, ਇਸ ਕਰਕੇ ਨਹੀਂ ਦਿੱਤੀ ਕਿ ਉਹਨਾਂ ਦੇ ਉੱਤੇ ਕੋਈ ਕਰਜ਼ਾ ਸੀ, ਕੋਈ ਬੋਝ ਸੀ। ਗੁਰੂ ਮਹਾਰਾਜ ਦੀ ਉਸ ਪਰਿਵਾਰ ਦੇ ਉੱਤੇ ਸਰਦਾਰ ਸੁੱਚਾ ਸਿੰਘ ਤੇ ਇੰਨੀ ਕਿਰਪਾ ਸੀ, ਛੋਟੇ ਹੁੰਦਿਆਂ ਤੋਂ ਅਸੀਂ ਦੇਖਦੇ ਹਾਂ ਉਹਨਾਂ ਕੋਲ ਨਾ ਕਿਸੇ ਗੱਲ ਦੀ ਘਾਟਾ ਮਾਇਆ ਦਾ ਤੇ ਨਾ ਕਿਸੇ ਦੀ ਗੁਰੂ ਦੀ ਕਿਰਪਾ ਦਾ। ਔਰ ਅੱਜ ਜੇ ਸ਼ਹੀਦੀ ਦਿੱਤੀ ਆ ਤੇ ਉਹਨਾਂ ਕਿਸਾਨਾਂ ਦੀ ਕਿਸਾਨੀ ਦੇ ਖਾਤਰ ਦਿੱਤੀ ਆ, ਔਰ ਜ਼ਾਲਮ ਮੋਦੀ ਦੇ ਕਾਰਨ ਦਿੱਤੀ ਆ। ਔਰ ਮੈਂ ਸਮਝਦਾ ਕਿ ਜਿਹੜੇ ਲਗਭਗ 75 ਤੋਂ 80 ਸ਼ਹੀਦ ਜਿਹੜੇ ਪਰਿਵਾਰ ਉੱਥੇ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਬਾਰਡਰਾਂ ਤੇ ਹੋ ਗਈਆਂ, ਉਹ ਨਰਿੰਦਰ ਮੋਦੀ, ਉਹਦਾ ਜਿਹੜਾ ਇੱਕ ਵੱਡੇ ਸਿਰ ਵਾਲਾ ਅਮਿਤ ਸ਼ਾਹ, ਰੰਗਾ ਤੇ ਬਿੱਲਾ ਨੇ ਦੋਨੋਂ, ਔਰ ਤੀਸਰਾ ਜਿਹੜਾ ਤੁਮਰ ਰਲ ਗਿਆ ਇਹਨਾਂ ਦਾ, ਜਿਹੜਾ ਦੰਦੀਆਂ ਕੱਢਦਾ ਬਾਹਰ ਆਉਂਦਾ। ਅੱਜ ਮੇਰੀ ਲੈਂਗੁਏਜ ਪੜ੍ਹੇ ਲਿਖੇ ਵਾਲੇ MLA ਨਹੀਂ, ਅੱਜ ਮੇਰੀ ਲੈਂਗੁਏਜ ਜਿਹੜੀ ਆ ਉਹ ਇਸ ਕਰਕੇ ਮੈਂ ਇਸ ਤਰ੍ਹਾਂ ਬੋਲ ਰਿਹਾ ਕਿ ਜੇ ਕਿਤੇ ਤੇਰੇ ਘਰ ਮੋਦੀ ਤੋਮਰ ਤੇਰੇ ਘਰ ਇਹੋ ਜਿਹੀਆਂ ਸ਼ਹੀਦੀਆਂ ਹੁੰਦੀਆਂ ਹੋਏ ਤੇ ਤੈਨੂੰ ਕਿਸੇ ਪਰਿਵਾਰ ਦੇ ਕਿਸੇ ਬਜ਼ੁਰਗ ਨੇ ਸ਼ਹੀਦੀ ਦਿੱਤੀ ਹੋਵੇ, ਤੈਨੂੰ ਪਤਾ ਹੋਵੇ ਵੀ ਸ਼ਹੀਦੀ ਕਹਿੰਦੇ ਕਿਹਨੂੰ ਆ, ਤੂੰ ਦੰਦੀਆਂ ਕੱਢਦਾ ਮੀਟਿੰਗਾਂ ਚੋਂ ਕਿਸਾਨਾਂ ਨਾਲ ਬਾਹਰ ਆਉਂਦਾ। ਪਰ ਇੱਕ ਗੱਲ ਮੈਂ ਕਹਿ ਦਿੰਦਾ ਅੱਜ ਸਖ਼ਤ ਲਫ਼ਜ਼ਾਂ ਚ, ਨਾ ਸਾਡਾ ਪ੍ਰਾਈਮ ਮਿਨਿਸਟਰ, ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਣੀ ਆਪਣੀ ਜਿਹੜੀ ਵਟਸਐਪ ਜਿਹੜੀ ਤੁਹਾਡਾ ਸਟੇਟਸ ਆ ਉਹਦੇ ਤੇ ਇੱਕ ਮੈਂ ਬਣਾ ਕੇ ਲਾਉਣਾ ਕਿ ਮੇਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ, ਔਰ ਉਹ ਸਾਰੇ ਅਪਡੇਟ ਕਰੋ, ਸਾਰੇ ਹਿੰਦੁਸਤਾਨ ਚ ਅਪਡੇਟ ਕਰੋ, ਕਿਉਂਕਿ ਕਦੀ ਵੀ ਜਿਹੜਾ ਦੇਸ਼ ਦਾ ਰਾਜਾ ਜਿਹਨੂੰ ਲੋਕਾਂ ਨੇ ਚੁਣਿਆ ਹੋਵੇ ਤੇ ਉਹਦੇ ਲੋਕ ਸੜਕਾਂ ਤੇ ਮਰਦੇ ਹੋਣ, ਸੜਕਾਂ ਦੇ ਉੱਤੇ ਸ਼ਹੀਦੀਆਂ ਦਿੰਦੇ ਹੋਣ ਤੇ ਉਹ ਦੰਦੀਆਂ ਕੱਢਦਾ ਦੇ ਬਾਨੀਆਂ ਦੇ ਘਰਾਂ ਚ ਪੁੱਤ ਪੋਤਰੀਆਂ ਦੇ ਬਰਥਡੇ ਮਨਾਉਂਦਾ ਹੋਵੇ, ਸ਼ਰਮ ਨਾ ਮਰ ਜਾਣਾ ਚਾਹੀਦਾ ਮੋਦੀ ਨੂੰ। ਅੱਜ ਮੈਂ ਕਹਿੰਦਾ ਕਿ ਇਹ ਨਰਿੰਦਰ ਮੋਦੀ ਸਾਡਾ ਪ੍ਰਧਾਨ ਮੰਤਰੀ ਨਹੀਂ, ਜੇ ਪ੍ਰਾਈਮ ਮਿਨਿਸਟਰ ਦੀ ਇਹਨੇ ਗਰਮਾ ਨਹੀਂ ਰੱਖੀ ਤੇ ਸਾਡਾ ਇਹ ਪ੍ਰਾਈਮ ਮਿਨਿਸਟਰ ਬਿਲਕੁਲ ਨਹੀਂ ਹੈ। ਔਰ 26 ਤਰੀਕ ਨੂੰ ਜਿਹੜਾ ਕਿਸਾਨ 26 ਤਰੀਕ ਨੂੰ ਜਿਹੜਾ ਕਿਸਾਨ ਜਥੇਬੰਦੀਆਂ ਨੇ ਜਿਹੜਾ ਹੋਕਾ ਦਿੱਤਾ, 26 ਤਰੀਕ ਨੂੰ ਮੈਂ ਟਰੈਕਟਰ ਲੈ ਕੇ ਜਾਊਂਗੇ, ਕਹਿੰਦਾ ਨਾ ਕਾਂਗਰਸੀ, ਮੈਂ ਕਾਂਗਰਸ ਨੇ ਮੇਰਾ ਖੂਨ ਕਢਾ ਗਏ, ਸਭ ਤੋਂ ਪਹਿਲਾਂ ਮੈਂ ਪੰਜਾਬੀਆਂ ਤੇ ਕਿਸਾਨ ਇੱਟ ਨਾਲ ਇੱਟ ਖੜਕਾ ਦਾਂਗੇ 26 ਤਰੀਕ ਨੂੰ, ਤੈਨੂੰ ਦੱਸ ਦਿਆਂਗੇ। ਤੂੰ ਕਹਿੰਦਾ ਇਹ 2% ਹੈ ਕੌਮ, ਅੱਜ ਸਾਰੇ ਵਰਲਡ ਦੀ ਕੌਮ, ਪੂਰੇ ਲੋਕ ਹਰ ਵਰਗ ਦੇ ਉੱਥੇ ਜਾ ਕੇ ਦੇਖ, ਇਹ ਤੇਰਾ ਜਿਹੜਾ ਖੱਟਰ ਆ ਜਿਹੜਾ ਇੱਕ ਕਹਿੰਦਾ ਸੀਗਾ ਕਿ ਹਰਿਆਣੇ ਦੇ ਲੋਕ ਇਹਨਾਂ ਦੇ ਨਾਲ ਨਹੀਂ, ਤੰਬੂ ਰੋਲ ਤੇ ਤੇਰੀ ਸਟੇਜ ਤੇ ਤੇਰਾ ਹੈਲੀਕਾਪਟਰ ਦਾ ਹੈਲੀਪੈਡ ਪੱਟਤਾ, ਸ਼ਰਮ ਕਰੋ ਕੁਛ। ਜੇ ਲੋਕਾਂ ਨੇ ਤੁਹਾਨੂੰ ਕਿਸੇ ਕੁਰਸੀ ਤੇ ਬਿਠਾ ਤਾ, ਇਹ ਲੋਕਾਂ ਦੀ ਦਿੱਤੀ ਹੋਈ ਕੁਰਸੀ ਆ, ਇਹਦੀ ਗਰਮਾ ਕਾਇਮ ਰੱਖੋ। ਪਰ ਜਿਹੜੀ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਮੈਂ ਕਾਨੂੰਨਾਂ ਤੇ ਰੋਕ ਲਾਉਂਦੇ ਆ, ਇਹੋ ਜੀ ਸੁਪਰੀਮ ਕੋਰਟ ਵੀ ਸਾਨੂੰ ਨਹੀਂ ਚਾਹੀਦੀ। ਅੱਜ 45 ਦਿਨ ਤੋਂ ਵੱਧ ਹੋ ਗਏ, ਉਦਣ ਸੁਪਰੀਮ ਕੋਰਟ ਸੁੱਤੀ ਸੀਗੀ, ਉਦਣ ਇਹ ਉਸੇ ਦਿਨ ਜਿੱਦਣ ਪਹਿਲੀ ਸ਼ਹੀਦੀ ਹੋਈ ਸੀ, ਸੁਪਰੀਮ ਕੋਰਟ ਲਾਉਂਦੀ ਰੋਕ, ਅਸੀਂ ਵੈਲਕਮ ਕਰਦੇ ਕਿ ਸੁਪਰੀਮ ਕੋਰਟ ਨੇ ਜਿਹੜੀ ਆ ਰੋਕ ਲਾਈ ਆ ਤੁਰੰਤ। ਅੱਜ 80 ਸ਼ਹੀਦੀਆਂ ਦੇਣ ਤੋਂ ਬਾਅਦ ਅੱਜ ਰੋਕ ਲਾਈ ਗਈ ਆ, ਤੇ ਸਾਡੇ ਕਿਸਾਨਾਂ ਨੂੰ ਬੇਵਕੂਫ ਨਾ ਬਣਾਇਆ ਜਾਏ।